जिला अमृतसर देहाती दे SSP ध्रुव दैया के दिशा निर्देशों तहत DSP अजनाला श्री विपन कुमार की अगवाई च अजनाला पुलिस वालों नशा तस्करां दे खिलाफ चलाई जा रही मुहिम दे चलदिआं 3 व्यक्तियों नूं 3200 नशीलियां गोलियां समेत काबू करन च सफलता हासिल की गई। इस संबंधी प्रैस कॉन्फ्रेंस करके DSP अजनाला विपन कुमार ने सारी जानकारी सांझी की। ਕੀ ਮਾਮਲਾ ਨਸ਼ੀਲੇ ਸ੍ਰੀ ਦਰੂਪ ਭਾਈਆ IPS SSP ਸਾਹਿਬ ਅੰਮ੍ਰਿਤਸਰ ਦਿਹਾਤੀ ਜੀ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ਼ ਮੁਹਿੰਮ ਚਲਾਈ ਗਈ ਸੀ, ਇਸ ਮੁਹਿੰਮ ਦੇ ਤਹਿਤ ਇੰਸਪੈਕਟਰ ਮੋਹਿਤ ਕੁਮਾਰ SHO ਅਜਨਾਲਾ, ਸਬ ਇੰਸਪੈਕਟਰ ਗਗਨਦੀਪ ਸਿੰਘ ਇੰਚਾਰਜ ਚੌਂਕੀ ਟਾਊਨ ਅਜਨਾਲਾ ਔਰ ASI ਗੁਰਬਖਸ਼ ਸਿੰਘ, ਇਹਨਾਂ ਵੱਲੋਂ ਵੱਖ ਵੱਖ ਜਿਹੜੀਆਂ ਟੀਮਾਂ ਤਿਆਰ ਕਰਕੇ ਨਾਕਾਬੰਦੀ ਦੌਰਾਨ ਪਿੰਡ ਮੁਕਾਮ ਉੱਲ ਨਹਿਰ ਦੇ ਉੱਤੋਂ ਜਿਹੜਾ ਕੁਲਵੰਤ ਸਿੰਘ ਵਾਸੀ ਮੁਕਾਮ ਅਤੇ ਅਮਰਪਾਲ ਸਿੰਘ ਵਾਸੀ ਮੁਕਾਮ, ਇਹਨਾਂ ਦੋਨਾਂ ਨੂੰ ਪੈਸ਼ਨ ਮੋਟਰਸਾਈਕਲ ਬਿਨਾਂ ਨੰਬਰੀ ਸਮੇਤ ਰਾਊਂਡ ਅਪ ਕੀਤਾ ਔਰ ਇਹਨਾਂ ਦੀ ਤਲਾਸ਼ੀ ਲੈਣ 'ਤੇ ਕੁਲਵੰਤ ਸਿੰਘ ਪਾਸੋਂ 260 ਨਸ਼ੀਲੀਆਂ ਗੋਲੀਆਂ, ਅੰਮ੍ਰਿਤਪਾਲ ਸਿੰਘ ਕੋਲੋਂ 240 ਨਸ਼ੀਲੀਆਂ ਗੋਲੀਆਂ, ਕੁੱਲ 500 ਜਿਹੜੀਆਂ ਇਹ ਟੈਬਲੇਟਸ ਬਰਾਮਦ ਹੋਈਆਂ ਸੀ, ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਨੰਬਰ 192 ਅੰਡਰ ਸੈਕਸ਼ਨ 2285 NDPS ਐਕਟ ਥਾਣਾ ਅਜਨਾਲਾ ਵਿਖੇ ਦਰਜ ਰਜਿਸਟਰ ਕਰਕੇ ਜਿਹੜੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਸੀ ਔਰ ਇਹਦੇ ਬੈਕਵਰਡ ਲਿੰਕਸ 'ਤੇ ਜਾ ਕੇ ਸਾਨੂੰ ਇੱਕ ਹੋਰ ਅੱਜ ਰਾਤ ਸਫਲਤਾ ਮਿਲੀ ਹੈ, ਜਿਸ ਵਿੱਚ ਅਸੀਂ ਵਰਿੰਦਰ ਕੁਮਾਰ ਜੋ ਕਿ ਸੰਤ ਨਗਰ ਅਜਨਾਲਾ ਦਾ ਰਹਿਣ ਵਾਲਾ ਹੈ, ਜਿਸ ਨੂੰ ਇਬਰਾਹਿਮਪੁਰ ਨੇੜੇ ਬਿਜਲੀ ਘਰ ਅਜਨਾਲਾ ਤੋਂ ਅਸੀਂ ਰਾਊਂਡਅਪ ਕੀਤਾ ਔਰ ਇਸਦੀ ਜਿਹੜੀ ਕਾਰ ਹੈ ਸਲੈਰੀਓ ਕਾਰ, ਇਹਦੀ ਤਲਾਸ਼ੀ ਕਰਨ 'ਤੇ ਡਰਾਈਵਰ ਸੀਟ ਦੇ ਥੱਲੋਂ 2706 ਬਰਾਮਦ ਹੋਈ ਹੈ, ਜਿਸ ਦੇ ਖਿਲਾਫ਼ ਅਸੀਂ ਮੁਕੱਦਮਾ ਨੰਬਰ 193 ਅੰਡਰ ਸੈਕਸ਼ਨ 2285 27A 61 NDPS ਐਕਟ ਦਾ ਰਜਿਸਟਰ ਕੀਤਾ ਗਿਆ, ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ ਔਰ ਇਹ ਜਿਹੜੀਆਂ ਦੋਨੋਂ ਟੀਮਾਂ ਨੇ ਇਸ ਦੋਨਾਂ ਤਿੰਨਾਂ ਮੁਜਰਮਾਂ ਨੂੰ ਅਸੀਂ ਵੱਖ ਵੱਖ ਤੌਰ 'ਤੇ ਪੂਰੀ ਸਾਇੰਟੀਫਿਕ ਜਿਹੜੀ ਆ ਤਰੀਕੇ ਨਾਲ ਇਹਨਾਂ ਦੀ ਇਨਵੈਸਟੀਗੇਟ ਕਰ ਰਹੇ ਹਾਂ ਔਰ ਬੈਕਵਰਡ ਲਿੰਕਸ ਦੇ ਵਿੱਚ ਜਾ ਕੇ ਅਤੇ ਇਹਨਾਂ ਹੋਰ ਵੀ ਜਿਹੜੀ ਇਹਦੇ 'ਚ ਗ੍ਰਿਫਤਾਰੀਆਂ ਹੋਣ ਦੀ ਹੈ ਅਤੇ ਰਿਕਵਰੀ ਹੋਣ ਦੀ ਸਾਨੂੰ ਪੂਰੀ ਆਸ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।